ਇਹਨਾਂ ਚੋਣਾਂ ਦੀ ਖਾਸ ਗੱਲ ਇਹ ਹੈ ਕਿ ਬਲਾਕ ਸੰਮਤੀ ਦੀਆਂ ਫਗਵਾੜਾ ਦੀਆਂ ਇਹਨਾਂ ਚੋਣਾਂ ਵਿੱਚ ਨੌਜਵਾਨ ਵੋਟਰਾਂ ਵਿੱਚ ਵੀ ਕਾਫੀ ਉਤਸ਼ਾਹ ਹੈ, ਔਰ ਖਾਸ ਤੌਰ 'ਤੇ ਉਹ ਵੋਟਰ ਜਿਹੜੇ 18 ਸਾਲ ਤੋਂ ਬਾਅਦ ਜਿਹਨਾਂ ਨੂੰ ਪਹਿਲੀ ਵਾਰ ਅਧਿਕਾਰ ਮਿਲਿਆ ਵੋਟ ਪਾਉਣ ਦਾ, ਕਿਉਂਕਿ ਭਾਰਤੀ ਲੋਕਤੰਤਰ ਦੇ ਵਿੱਚ ਜਿਹੜਾ ਵੋਟ ਦਾ ਅਧਿਕਾਰ ਆ ਇਹ ਬਹੁਤ ਮਹੱਤਵਪੂਰਨ ਹੈ, ਔਰ ਵੋਟਰਾਂ ਦੇ ਵੋਟ ਹੀ ਡਿਸਾਈਡ ਕਰਦੇ ਨੇ ਕਿ ਕਿਹੜੇ ਉਮੀਦਵਾਰ ਦੀ ਚੋਣ ਕਰਨੀ ਹੈ। ਰਾਜਵੀਰ ਸਾਡੇ ਨਾਲ ਹੈ, ਅਸੀਂ ਖੜ੍ਹੇ ਹਾਂ ਭੁੱਲਾ ਰਾਏ। ਰਾਜਵੀਰ, ਕਿਸ ਤਰ੍ਹਾਂ ਦਾ ਲੱਗ ਰਿਹਾ ਪਹਿਲੀ ਵਾਰ ਤੁਸੀਂ ਅੱਜ ਪਾ ਰਹੇ ਹੋ ਵੋਟ? ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਪਈ ਹੈ ਕਿ ਮੈਂ ਆਪਣੀ ਵੋਟ ਜਿਹੜੀ ਆ ਸਿਰਫ ਸਹੀ ਬੰਦੇ ਨੂੰ ਪਾਈ ਆ, ਅਤੇ ਉਮੀਦ ਹੈ ਕਿ ਉੱਥੇ ਆ ਕੇ ਸਾਡਾ ਜਿਹੜਾ ਕੰਮ ਆ ਉਹ ਆਪਣੇ ਆਪ ਕਰਕੇ। ਸਾਨੂੰ ਕੀ ਲੱਗਦਾ ਵੀ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ? ਹਾਂਜੀ, ਉਹਨਾਂ ਨੂੰ ਸਾਰਿਆਂ ਨੂੰ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦਾ ਪਹਿਲਾ ਅਧਿਕਾਰ ਆ, ਕਿਉਂਕਿ ਉਹ ਜੇ ਆਪ ਅੱਗੇ ਆਉਂਗੇ ਕਿਸੇ ਨੂੰ ਚੁਣੋਗੇ ਤਾਂ ਹੀ ਇੱਕ ਬੰਦਾ ਸਾਰਿਆਂ ਨਾਲ ਮਿਲ ਕੇ ਕੰਮ ਕਰ ਸਕਦਾ। ਦੂਸਰੀ ਇਹ ਦੱਸੋ ਵੀ ਕਈ ਵਾਰ ਇਲੈਕਸ਼ਨਾਂ ਵਿੱਚ ਇੱਦਾਂ ਦੇਖਣ ਜਾਂਦੇ ਆ ਨਸ਼ੇ ਜਾਂ ਪੈਸੇ ਦੀ ਜਿਹੜੀ ਵਰਤੋਂ ਹੁੰਦੀ ਆ, ਤੁਹਾਨੂੰ ਲੱਗਦਾ ਇੱਦਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ? ਕਿਉਂਕਿ ਇਹ ਗੁੰਮਰਾਹ ਇੱਦਾਂ ਦੇ ਲੋਕ ਵੀ ਕਰਦੇ ਆ, ਬਹੁਤ ਸਾਰੀਆਂ ਚੋਣਾਂ 'ਚ ਲੋਕ ਸਭਾ ਵਿੱਚ ਵਿਧਾਨ ਸਭਾ ਵਿੱਚ ਇੱਦਾਂ ਦੇ ਬਹੁਤ ਸਾਰੇ ਕੇਸ ਆਏ ਆ, ਸਾਨੂੰ ਲੱਗਦਾ ਲੋਕਾਂ ਨੂੰ ਨਹੀਂ ਲੱਗਣਾ ਨਹੀਂ ਹੋਣਾ ਚਾਹੀਦਾ ਇੱਦਾਂ ਦਾ, ਕਿਉਂਕਿ ਬੰਦਾ ਜੇ ਆਪ ਆਪਣੀ ਮਨ ਚਾਹ ਨਾਲ ਪਾਉਂਦਾ ਵੋਟ ਤਾਂ ਉਹ ਜ਼ਿਆਦਾ ਖੁਸ਼ੀ ਮਿਲਦੀ ਆ, ਜੇ ਕਿਸੇ ਆਪਾਂ ਲਾਲਚ ਦੇ ਵਿੱਚ ਪਾਵਾਂਗੇ ਤਾਂ ਉਹ ਆਪਣਾ ਸਭ ਤੋਂ ਵੱਡਾ ਮਤਲਬ ਧੋਖਾ ਹੁੰਦਾ ਕਿ ਆਪਾਂ ਕਿਸੇ ਨਾਲ ਧੋਖਾ ਕਰਦੇ ਹਾਂ ਆਪਣਾ। ਤੁਸੀਂ ਦੇਖੋ ਨੌਜਵਾਨਾਂ ਵਿੱਚ ਜਿੱਥੇ ਭਾਰੀ ਉਤਸ਼ਾਹ ਹੈ ਉੱਥੇ ਨਾਲ ਹੀ ਵੋਟ ਨੂੰ ਲੈ ਕੇ ਕਿੰਨਾ ਜਾਗਰੂਕ ਨੇ, ਔਰ ਵੋਟ ਦੀ ਮਹੱਤਤਾ ਜਿਹੜੀ ਅੱਜ ਵੋਟਾਂ ਹੈ ਉਹਨਾਂ ਦਾ ਵੀ ਨਾਲ ਨਾਲ ਜੋ ਇੱਥੇ ਜਿਹਨਾਂ ਦੀਆਂ ਡਿਊਟੀਆਂ ਲੱਗੀਆਂ ਉਹ ਦੇਖ ਰਹੇ ਨੇ। ਤੇਜਮੋਹਨ ਚਾਨਾ ਜੀ ਸਾਡੇ ਨਾਲ ਨੇ। ਚਾਨਾ ਸਾਹਿਬ, ਕਾਫੀ ਦਿਲਚਸਪ ਸੰਘਰਸ਼ਪੂਰਨ ਜੋ ਇਸ ਵਾਰ ਫਿਰ ਚੋਣ ਆ ਗਈ ਭੁੱਲਾ ਰਹੀ ਦੀ, ਕੀ ਦਾਵਾ ਤੁਹਾਡਾ ਹੈ? ਹੋ ਰਿਹਾ ਜੀ ਕੁਛ ਕੁਛ? ਬਿਲਕੁਲ ਨਹੀਂ ਕੁਛ ਕੁਛ ਹੋ ਰਿਹਾ, ਕਿਉਂਕਿ ਸਾਨੂੰ ਲੱਗਦਾ ਹੈ ਕਿ ਜਿਹੜੀ ਵੋਟ ਅਜੇ ਤੱਕ ਡੱਬਿਆਂ 'ਚ ਬੰਦ ਹੋਈ ਸਾਡੇ ਹੱਕ ਦੀ ਬੰਦ ਹੋਈ ਆ, ਇਸ ਕਰਕੇ ਕੁਛ ਕੁਛ ਨਹੀਂ, ਸਭ ਕੁਛ ਉਦੋਂ ਹੋਊਗਾ। 22 ਨੂੰ ਕੁਛ ਕੁਛ ਹੋਊਗਾ ਜੀ ਦਿਲ ਦੇ ਵਿੱਚ ਇੱਦਾਂ ਇੱਦਾਂ ਕੁਛ? ਬਿਲਕੁਲ ਜੀ ਬਿਲਕੁਲ, ਉਦੋਂ ਫਿਰ ਜਿਹੜੀ ਕੁਛ ਕੁਛ ਦਾ ਕਾਰਨ ਹੋਣਾ ਕਿ ਸਾਡੀ ਜਿਹੜੀ ਮਾਰਜਨ ਆ ਉਹ ਕਿੰਨਾ ਹੋਣਾ ਆ, ਉਹਦੇ ਲਈ ਕੁਛ ਕੁਛ ਹੋਣਾ ਆ, ਇਸ ਕਰਕੇ। ਕਿੱਦਾਂ ਦਾ ਉਤਸ਼ਾਹ ਆ ਤੁਹਾਡੇ ਅੱਜ ਪੋਲਿੰਗ ਬੂਥ 'ਤੇ ਸਵੇਰ 'ਤੇ ਆਏ ਆ, ਕਿੱਦਾਂ ਦਾ ਉਤਸ਼ਾਹ ਵੋਟਰਾਂ ਨੇ ਤੁਹਾਨੂੰ ਦਿੱਤਾ? ਬਿਲਕੁਲ ਜੀ, ਉਤਸ਼ਾਹ ਬਹੁਤ ਜ਼ਿਆਦਾ ਵੋਟਰਾਂ ਦਾ। ਜਿਹੜੇ ਵੋਟਰ ਲੇਟ ਆ ਉਹਨਾਂ ਨੂੰ ਅਸੀਂ ਕਾਲ ਕਰ ਰਹੇ ਹਾਂ, ਅਤੇ ਜਿਹੜੇ ਵੋਟਰ ਜਲਦੀ ਸੀਗੇ ਉਹ ਸਾਨੂੰ ਕਾਲ ਕਰ ਰਹੇ ਸੀ, ਅਤੇ ਅਸੀਂ ਵੋਟ ਪਾਉਣ ਆਉਣਾ ਆ। ਤਸੱਲੀ ਬਖਸ਼ ਚੋਣਾਂ ਹੋ ਰਹੀਆਂ ਤੁਸੀਂ? ਬਿਲਕੁਲ ਜੀ, ਤਸੱਲੀ ਬਖਸ਼ ਅਤੇ ਸ਼ਾਂਤੀ ਪੋਜੀਸ਼ਨ 'ਚ ਬੈਠੇ ਹੋ ਇਸ ਵੇਲੇ ਸਰਕਾਰ ਦੇ, ਕੋਈ ਇੱਦਾਂ ਦਾ ਨਹੀਂ ਜੀ? ਸਰਕਾਰ ਦਾ ਮਾੜਾ ਮੋਟਾ ਹੁੰਦਾ ਤਾਂ ਹੈਗਾ ਜੀ, ਬੈਨੀਫਿਟ ਜਿਹੜੇ ਸਰਕਾਰੀ ਤੌਰ 'ਤੇ ਹੁੰਦੇ ਆ। ਕੁਲਦੀਪ ਖੜ੍ਹੇ ਹੋਏ ਨੇ ਜੀ ਸਵੇਰੇ 7 ਵਜੇ ਤੋਂ ਲੈ ਕੇ ਇਹ ਜਿਹੜਾ ਸ਼ਾਮ ਦੇ 4 ਵਜੇ ਤੱਕ ਇਹ ਵੋਟਾਂ ਦਾ ਸਿਲਸਿਲਾ ਚੱਲਣਾ ਜੀ। ਇਹਦੇ ਵਿੱਚ ਦੇਖਣ ਤੋਂ ਹੀ ਪਤਾ ਲੱਗਾ ਜੀ ਸਾਡੀ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਉਮੀਦਵਾਰ ਆ ਕੁਲਦੀਪ ਜੀ, ਕਾਫੀ ਰਸ਼ ਹੈ ਜੀ, ਔਰ ਜਿਹੜੇ ਸਾਡੇ ਵੋਟਰ ਨੇ ਉਹ ਵੀ ਕਾਫੀ ਮਾਤਰਾ ਵਿੱਚ ਸੁਬਹ ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਜੀ ਕੰਮ। ਉੱਧਰ ਬੰਦਾ ਹੈ ਨਹੀਂ ਤੁਹਾਡਾ, ਅਮਰੀਕ ਨਗਰੀ ਤਾਂ ਬਿਠਾਓ ਤਾਂ ਸਹੀ ਬੰਦਾ। ਮਤਲਬ ਤੁਹਾਨੂੰ ਲੱਗਦਾ ਵੀ ਇਸ ਦੇਸ਼ ਵਿੱਚ ਵੋਟ ਪਾਉਣੀ ਚਾਹੀਦੀ, ਹਰ ਬੰਦੇ ਨੂੰ ਆਪਣਾ ਜਿਹੜਾ ਵੋਟ ਦਾ ਅਧਿਕਾਰ ਆ ਯੂਜ਼ ਕਰਨਾ ਚਾਹੀਦਾ? ਹਾਂਜੀ ਬਿਲਕੁਲ ਜੀ, ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਆ ਸਾਰਿਆਂ ਨੂੰ। ਕਿਸ ਤਰ੍ਹਾਂ ਦਾ ਉਤਸ਼ਾਹ ਸੀ ਇਹਨਾਂ ਵਿੱਚ ਜੀ ਜਦੋਂ ਤੁਸੀਂ ਕਿਹਾ ਇਹਨਾਂ ਨੂੰ ਵੀ ਅੱਜ ਵੋਟ ਪਾਉਣਾ, ਆਪ ਕਿਹਾ ਮੈਂ ਪਾਣੀ ਵੋਟ? ਹਾਂਜੀ, ਕਹਿੰਦੇ ਮੈਂ ਵੋਟ ਪਾਉਣੀ, ਤੁਸੀਂ ਮੈਨੂੰ ਲਿਜਾ ਸਕਦੇ ਹਾਂ ਤਾਂ ਲੈ ਜਾਓ, ਅਸੀਂ ਆਪ ਇਹਨਾਂ ਨੂੰ ਲੈ ਕੇ ਗਏ ਹਾਂ ਵੋਟ ਪਾਉਣ ਨੂੰ, ਥੋੜ੍ਹੇ ਠੀਕ ਨਹੀਂ ਹੈਗੇ। ਠੀਕ ਆ, ਵੋਟ ਆਪਾਂ ਨੂੰ ਹਰੇਕ ਨੂੰ ਪਾਉਣੀ ਚਾਹੀਦੀ ਹੈ, ਇਹ ਆਪਣਾ ਅਧਿਕਾਰ ਆ ਵੋਟ ਪਾਉਣਾ। ਠੀਕ ਆ, ਜਿਹਨੂੰ ਮਰਜ਼ੀ ਪਾਰਟੀ ਨੂੰ ਸਪੋਰਟ ਕਰਦੇ ਪਰ ਵੋਟ ਪਾਉਣੀ ਚਾਹੀਦੀ ਹੈ। ਮਤਲਬ ਵੋਟ ਜੇ ਆਪਾਂ ਪਾਵਾਂਗੇ ਤਾਂ ਹੀ ਅਸੀਂ ਵਧੀਆ ਬੰਦਾ ਜਿਹੜਾ ਅਸੀਂ ਚਾਹੁੰਦੇ ਹਾਂ ਚੁਣ ਸਕਦੇ ਹਾਂ। ਹਾਂਜੀ, ਇੱਕ ਵਾਰ ਇੱਧਰ ਦਿਖਾਈਓ, ਇੱਧਰ ਕਾਰ ਜੀ, ਕਾਰ ਦਿਖਾਈਓ ਆਪਣੇ, ਐਂ ਨੂੰ ਕਰਕੇ ਮੋਹਰੇ ਕੀ ਇੱਧਰ ਦਿਖਾਈਓ ਕਾਰ।